इश्क में हम तुम्हें क्या बताएं, किस कदर चोट खाए। तू नहीं चाहता कि तेरी ब्लैक एंड व्हाइट जिंदगी रंगीन होवे। चाहता है काका, हूं तू बच्चा नहीं रहा, हूं तू जवान हो गया है। मैं चाहना कि तेरा किते व्याह करावा, आहो, ताकि तू एके तुसी डबल हो जाओगे। यानी कि मेरी जिंदगी च रोशनी ले आना चाहता है। आहो आहो, 200 वाट दे दो बल्ब लाना चाहना। काका काका, इनू छड़ दे, सिगरेट नहीं पी दी। जदो किसी को रिश्ता लैन जाइए या मंगी, अगले फौरन ए गल कर देने के मुंडा नशा ते नहीं करदा है, तो फिर सिगरेट लाइए। खबरदार, तमाकू नोशी कैंसर और दिल की बीमारियों का बहस है। वजारत सेहत हुकूमत पाकिस्तान। इंसान की हाल पाया? ठीक ठाक, खैरियत है। हाँ, सियाने कहंदे ने कि जदों भी रिश्ते दी गल बात शुरू करनी चाहिए, सब तो पहले हाल हवीला लेना चाहिए। हाँ, ठीक है। ऐ मेरे कण दे पीछे नौजवान ते हसीन मुंडा। अच्छा, बांदर लड़े हुए? ओए बांदर नहीं। हाँ, ए जी मेरा छोटा भरा। अच्छा, काका काका इनू कहने ते हुण काका नहीं रहा, क्योंकि हुण ए जवान हो गया। इनकी शादी करवानी है ते कोई तुहाडे कोल रिश्ता है? चंगी तरह वेख लो, क्योंकि घर भी तुसी दसना है। मेंगन जाई नू चाह ते छोटा वदा है। ओए हां, तुसी पसंद करो, मेंगन मुंगन छड़ो, जुगता ना लाओ। इनू अड्डे ते लावा ना। हां, उत बात पै सकमा पाई जाना। असी को मंगते नहीं। हां, असी रिश्ता लेने तुहाडे कोल है ते दसो। तमीज कर। क्यों तमीज ही अगे की है, होर की है? असी दोवे वेखा कमीजा पा के फिरदे। उन्हें भी पाई है, मैं भी पाई है। ओ ना होवे मारा तैन तो लगे ना। अच्छा जी। हाँ, तू भाजन रिश्ता है तो दे दो। चलो भरा मेरा रंडा मुत्ता हैगा, चलो इनका घर बाद हो जाएगा। है? अच्छा मैंने एक गल दसो। दो पूछो, क्योंकि रिश्ते की गल लेना। दफा नहीं होंगे इतो? नहीं होंगे दफा, असी नहीं होंगे। तो बात मैं दफा हो ना। पागल है कि नहीं? पागल। मेरे ख्याल जवाब ही समझिए इधरों। जवाब 1 kg 2 kg 3 kg 4 kg 2 kg 3 kg 4 kg 5 kg 1 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 kg
ਨੰਬਰਦਾਰ ਜੀ ਇੱਥੇ ਰੋਲਾ ਨਹੀਂ ਪਾਣਾ ਕਿਉਂਕਿ ਸਿਆਣੇ ਕਹਿੰਦੇ ਨੇ ਜਿੱਥੇ ਨਾਤੇ ਗੱਡਣੇ ਹੋਣ ਨਾ ਉੱਥੇ ਰੋਲੇ ਤੇ ਰੱਪੇ ਲੜਾਈਆਂ ਚੰਗੀਆਂ ਨਹੀਂ ਹੁੰਦੀਆਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਸੀਂ ਇੱਕ ਹੋ ਜਾਈਏ ਕਿਉਂਕਿ ਅਸੀਂ ਇਹ ਕਾਕਾ ਵਿਆਹਣਾ, ਤੁਹਾਡੇ ਕੋਲ ਕੋਈ ਰਿਸ਼ਤਾ ਹੈ ਤੇ ਦੱਸੋ ਤਾਂ ਕਿ ਓਏ ਕੌਣ ਤੂੰ ਓਏ ਕਾਹਦਾ ਰਿਸ਼ਤਾ ਇਹ ਕਾਕਾ ਕੌਣ ਹੈ ਤੇਰਾ ਮੇਰਾ ਕੋਈ ਰਿਸ਼ਤਾ ਹੈਗਾ ਨਾ ਤੂੰ ਦੋਸਤ ਨਾ ਬਾਪ ਨਾ ਰਿਸ਼ਤੇਦਾਰ ਤੱਕ ਐਵੇਂ ਛੁੱਟਾ ਹੈ ਮੂੰਹ ਚਾ ਕੇ ਕੋਈ ਰਿਸ਼ਤਾ ਹੈਗਾ ਯਾਰ ਤੂੰ ਕਮਾਲ ਕਰਨਾ। ਰਿਸ਼ਤਾ ਹਰ ਇਨਸਾਨ ਨਾਲ ਇੱਕ ਰਿਸ਼ਤਾ ਹੁੰਦਾ ਇਨਸਾਨੀਅਤ ਦਾ ਇੱਕ ਰਿਸ਼ਤਾ ਹੁੰਦਾ ਜੀ ਅੱਗੇ ਤੁਹਾਡਾ ਸਾਡਾ ਹੋਰ ਕੋਈ ਰਿਸ਼ਤਾ ਨਹੀਂ ਹੁਣ ਅਸੀਂ ਚਾਹੁੰਦੇ ਹਾਂ ਕਿ ਕੋਈ ਰਿਸ਼ਤਾ ਬਣ ਜਾਵੇ। ਓ ਇਸ ਗੋਲਕ ਨੂੰ ਮੈਂ ਐਵੇਂ ਬੰਨ ਦੇਣਾ ਮੁੱਕਾ ਨਾਲ ਇਸ ਤੋਂ ਪਹਿਲਾਂ ਕਿ ਮੇਰਾ ਮੀਟਰ ਸ਼ਾਰਟ ਹੋ ਜਾਏ ਇੱਥੋਂ ਲੈ ਕੇ ਦਫਾ ਹੋ ਜਾ ਉਹ ਨਾ ਹੋਏ ਕਿ ਬਾਅਦ ਮੈਂ ਤੁਹਾਡੀ ਰੋਟੀਆਂ ਪੱਟ ਦਿਆਂ। ਕੋਈ ਜਵਾਨ ਨਹੀਂ ਤਾਂ ਕੋਈ ਬੁੱਢਾ ਰਿਸ਼ਤਾ ਦੇ ਦਿੰਦੇ ਬੇਵਕੂਫ ਕਿਸੇ ਥਾਂ ਦੇ ਨਾ ਤਾਂ ਪਾਗਲ ਕਿਤੇ ਤੂੰ ਮੈਨੂੰ ਖੇਤਾਂ ਜਿੱਥੇ ਬੇਇੱਜ਼ਤ ਕਰਾਈਂਦਾ ਵਾ ਇੱਥੇ ਰਿਸ਼ਤੇ ਭੈਣ ਖੇਤਾਂ ਚ। ਕਾਕਾ ਗੱਲ ਸੁਣ, ਬੇਇੱਜ਼ਤੀ ਜਿਹੜੀ ਹੈ ਨਾ ਉਹ ਹੋ ਜਾਂਦੀ ਇੱਥੇ ਹੋ ਰਹੀ ਹੈ ਨਾ ਇੱਥੇ ਆਪਾਂ ਨੂੰ ਇਧਰੋਂ ਉਧਰੋਂ ਵੇਖਣ ਤੱਕਣ ਵਾਲਾ ਕੋਈ ਨੀ ਕੋਈ ਨੀ ਆਪਾਂ ਇਕੱਲੇ ਹਾਂ ਆਪਾਂ ਘਰ ਚ ਜਾਈਏ ਰਿਸ਼ਤਾ ਮੰਗੀਏ ਉੱਥੇ ਇੱਕ ਬੰਦਾ ਨਹੀਂ ਆਉਣਾ ਜਾਂ ਵੀ ਬਾਵੀ ਦੂਸਰੇ ਵੀ ਨਾਲ ਹੋਣਾ ਉੱਥੇ ਬਹੁਤੀ ਬੇਇੱਜ਼ਤੀ ਹੋਣੀ ਇਸ ਕਰਕੇ ਮੈਂ ਜ਼ਰਾ ਤੁਰ ਫਿਰ ਕੇ ਰਿਸ਼ਤਾ ਮੰਗ ਰਿਹਾ। ਚੰਗੀ ਤਰ੍ਹਾਂ ਇਸ ਬੰਦੇ ਨੂੰ ਵੇਖ ਲਓ ਕਿਉਂਕਿ ਇਹ ਬੰਦਾ ਕੁਛ ਦਿਨਾਂ ਦੇ ਬਾਅਦ ਤੁਹਾਡੇ ਲਾਣੇ ਸਿਹਰੇ ਬੰਨ ਕੇ ਵੇਖ ਲੈ। ਤਮੀਜ਼ ਨਾਲ ਗੱਲ ਕਰ ਭਾਈ। ਓ ਸੋਰੀ ਗਲਤੀ ਹੋ ਗਈ। ਸਿਆਣੇ ਕਹਿੰਦੇ ਨੇ ਕਿ ਕੋਈ ਵੀ ਐਸੀ ਗੱਲ ਰਿਸ਼ਤਿਆਂ ਦੇ ਬਾਰੇ ਛੇੜਨ ਤੋਂ ਪਹਿਲੇ ਸਲਾਮ ਦੁਆ ਲੈਣੀ ਚਾਹੀਦੀ ਹੈ। ਭਾਈ ਜਾਨ ਇਹ ਕਾਕਾ
ਚੰਗੀ ਤਰ੍ਹਾਂ ਵੇਖ ਲਓ, ਤਸੱਲੀ ਨਾਲ ਵੇਖ ਵੇਖ ਲਿਆ। ਹਾਂਜੀ ਬਾਈ, ਇਹਦਾ ਭਾਈ ਜਾਨ ਵਿਆਹ ਕਰਾਉਣਾ ਤੇ ਕੋਈ ਆਪਣੇ ਕੋਲ ਰਿਸ਼ਤਾ ਬੈਠਾ ਹੋਵੇ ਤੇ ਫਿਰ ਰਿਸ਼ਤਾ? ਹਾਂ ਕਿਉਂ, ਇਹਦੇ ਵਾਸਤੇ? ਹਾਂਜੀ ਹਾਂਜੀ ਬਿਲਕੁਲ ਇਹਦੇ ਵਾਸਤੇ। ਭਾਈ ਜਾਨ, 30 ਸਾਲਾਂ ਤੋਂ ਮੈਂ ਇਸੇ ਰਿਸ਼ਤੇ ਦੇ ਮਗਰ ਆਪਣਾ ਉਜੜੇ ਹੋਏ ਦਿਲ ਦੀ ਬਸਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਅਜੇ ਤਾਈ ਮੈਨੂੰ 30 ਸਾਲਾਂ ਦੇ ਵਿੱਚ ਰਿਸ਼ਤਾ ਨਹੀਂ ਮਿਲਿਆ। ਮੈਂ ਤੁਹਾਡੇ ਤੋਂ ਵੱਧ ਕੇ ਪਰੇਸ਼ਾਨ ਹਾਂ। ਹਾਏ, ਵੈਸੇ ਤੇਰੇ ਨਾਲ ਕਿੰਨੇ ਸ਼ਾਦੀ ਕਰਨੀ ਹੈ? ਓਏ, ਅਸੀਂ ਨਵੇਂ ਹੋ ਕੇ ਸਾਡੇ ਕੋਲੋਂ ਨੀ ਖਲੋਤਾ ਜਾ ਰਿਹਾ, ਤੇਰੇ ਕੋਲੋਂ ਇੰਨੀ ਬਦਬੂ ਆ ਰਹੀ ਹੈ ਤੇ ਤੈਨੂੰ ਕਿਸੇ ਨੇ ਕੁੜੀ ਦੇ ਕੇ ਮਰਨਾ? ਕੈਸੀ ਫੱਟੀ ਜੁਰਾਬ ਵਰਗੀ ਤੇਰੀ ਤਬੀਅਤ ਹੈ ਓਏ। ਹੈ ਠੀਕ ਹੈ ਭਾਈ ਜੀ, ਇਹਦਾ ਮਤਲਬ ਹੈ ਫਿਰ ਤੁਸੀਂ ਵੀ ਸਾਡੇ ਵਰਗੇ ਹੀ ਹੋ। ਹੈ ਮੈਨੂੰ ਬੇਇੱਜ਼ਤ ਕਰ ਰਹੇ ਹੋ? ਨਹੀਂ 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 ਨਹੀਂ, ਅੱਗੇ ਕਦੋਂ ਤੁਹਾਡੀ ਇੱਜ਼ਤ ਹੈ ਜਨਾਬ? ਇਹਦਾ ਮਤਲਬ ਕਿਤੇ ਅੱਗੋ ਲਈਏ ਜਾ ਕੇ, ਇੱਥੋਂ ਵੀ ਗੱਲ ਨਹੀਂ ਬਣਨੀ। ਨਹੀਂ ਬਣਨ ਦੀ ਗੱਲ, ਅੱਗੇ ਚੱਲ। ਹਾਂ ਜਾ। ਅੱਛਾ, ਮੈਂ ਕਿ ਸ਼ਾਇਦ ਸਲਾਹ ਬਣ ਗਈ ਕਿਧਰੇ ਵਾਪਸ ਖਿੱਚਿਆ ਤੂੰ, ਦੁਬਾਰੇ ਨਾ ਟੱਕਰੀ ਮੈਨੂੰ। ਹੋ ਸੁਣਾ। ਹੋ ਠੀਕ, ਤੈਨੂੰ ਇੱਕ ਗੱਲ ਦੱਸਾਂ? ਉਹ ਦੱਸ। ਇੱਕ ਖੁਸ਼ਖਬਰੀ ਆ ਮੇਰੇ ਕੋਲ। ਕੀ ਖੁਸ਼ਖਬਰੀ ਆ? ਤੂੰ ਸੁਣੇਗਾ ਨਾ ਤੇ ਤੇਰੀ ਖੁਸ਼ੀ ਦੀ ਇੰਤਹਾ ਨਹੀਂ ਰਹਿਣੀ। ਉਹ ਯਾਰ ਦੱਸੇਂਗੀ ਸਹੀ, ਫਿਰ ਛੇਤੀ ਦੱਸ। ਅੱਖਾਂ ਬੰਦ ਕਰ ਪਹਿਲੇ। ਗੱਲ ਪਤਾ ਕੀ ਹੈ, ਆਪਣੀ ਸ਼ਾਦੀ ਦੀ ਗੱਲ ਚੱਲ ਰਹੀ ਹੈ। ਚੱਲ ਝੂਠੀ ਨਾ ਹੋਵੇ ਤੇ। ਮੈਂ ਆਪਣੇ ਕੰਨਾਂ ਨਾਲ ਸੁਣ ਕੇ ਆਈ ਆ। ਓ ਚੁੱਪ ਕਰ ਜਾ ਯਾਰ, ਸਹੀ ਕਹਿ ਰਹੀ ਆ ਮੈਂ। ਕੂੜੇ ਖਾਬ ਸੁਣਾ ਇਨਾ ਰੋਜ਼ਾ ਕੇ, ਤੇਰਾ ਚੰਨ ਇਤਬਾਰ ਵੀ ਕੋਈ ਨਹੀਂ, ਮੈਨੂੰ ਸੁਖ ਦੇਵੇਂ ਜਾਂ ਦੁੱਖ ਦੇਵੇਂ, ਕਰਨਾ ਇਜ਼ਹਾਰ ਵੀ ਕੋਈ ਨਹੀਂ, ਨਿਤ ਕੂੜੀਆਂ ਆਣ ਕੇ ਕਸਮਾਂ ਚ ਨਾ ਤੈਥੋਂ ਚਵਣਾ ਬਾਰ ਵੀ ਕੋਈ ਨਹੀਂ, ਹਰ ਰੋਜ਼ ਤੂੰ ਲਾਲਚੇ ਲਾ ਵੈਨਾ ਤੈਨੂੰ ਪਿਆਸ ਪਿਆਰ ਜੋ ਕੋਈ ਨਹੀਂ। ਇਹੀ ਕੰਮ ਰਹਿ ਗਿਆ ਸੀ ਤੇਰਾ? ਕੀ ਹੋ ਗਿਆ ਹੁਣ? ਮੈਂ ਝੂਠੀ ਆ? ਓ ਨਹੀਂ ਨਹੀਂ, ਵੈਸੇ ਮੈਂ ਮਜ਼ਾਕ। ਨਹੀਂ, ਮੈਂ ਤਾਂ ਝੂਠ ਹੀ ਬੋਲਦੀ ਆ। ਗੱਲ ਸੁਣ, ਸੱਚ ਤੇ ਤੂੰ ਹੀ ਬੋਲਦਾ ਹਮੇਸ਼ਾ। ਪਰ ਕਾਵੜ ਜਾਵਣ ਦੇ ਤੇਰੀ ਜਾਤੇ ਸਿਰ ਦੇਸਾਂ, ਕੋਈ ਵਕਤ ਤਾਂ ਦੇ ਬਸ ਕਰ ਦੇ ਹੁਣ। ਓ ਚੱਲ ਯਾਰ, ਆ ਜਾ, ਐਵੇਂ ਟੈਨਸ਼ਨ ਨਾ ਲਿਆ ਕੇ ਮਜ਼ਾਕ ਕਰੀਦਾ ਤੇਰੇ ਨਾਲ। ਮਜ਼ਾਕ ਹੈ ਤੇਰਾ? ਚੱਲ ਹੁਣ ਫਿਰ ਗੁੱਸਾ ਤੇਰੇ ਵਾਸਤੇ ਮਜ਼ਾਕ ਹੋ ਜਾਂਦਾ। ਮੈਂ ਖੁਸ਼ਖਬਰੀ ਸੁਣਾਈ ਸੀ, ਪਤਾ ਮੈਂ ਕਿੰਨੀ ਖੁਸ਼ ਸੀਗੀ ਅੱਜ, ਮੈਂ ਕਿਹਾ ਜਾ ਕੇ ਉਹਨੂੰ ਦੱਸੂਗੀ ਖੁਸ਼ ਹੋਏਗਾ। ਤੇ ਹੋਇਆ ਨਹੀਂ ਆਇਆ। ਤੂੰ ਤਾਂ ਮੈਨੂੰ ਮਿਹਨੇ ਮਾਰਨੇ ਸ਼ੁਰੂ ਕਰਦੇ ਨੇ। ਮੈਂ ਕਿਸੇ ਮੱਛਰ ਤੱਲੇ ਸਿਰ ਦੇ ਕੇ ਨਾ ਮੋ ਮਰ ਜਾਣਾ ਹੀ ਮਜ਼ਾਕ। ਆਇਆ ਚੱਲੀ, ਮਜ਼ਾਕ ਕੀਤਾ ਤੇਰੇ ਨਾਲ, ਆਇਆ ਤੁਰੇਂਗੀ ਆਪਣਾ। ਖਾਲੀ ਹੱਥ ਨਹੀਂ ਜਾਣਾ, ਅੱਜ ਮੈਂ ਤੈਨੂੰ ਵਿਆਹ ਕੇ ਜਾਊਂਗਾ। ਅਸਲਾਮ ਅਲੈਕੁਮ। ਜਾਂਦੇ ਪਏ ਹੋ? ਠੀਕ ਜਾਂਦੇ ਪਏ ਹੋ? ਕਿਵੇਂ? ਹਾਂਜੀ ਹਾਂਜੀ, ਕੀ ਹਾਲ ਹੈ? ਕੀ ਹਾਲ ਹੈ ਜਨਾਬ? ਠੀਕ ਠਾਕ ਜੀ, ਤੂੰ ਸੁਣਾ? ਸ਼ੁਕਰ ਰੱਬ ਦੀ, ਹਾਂਜੀ ਤਬੀਅਤ ਸਭ ਠੀਕ? ਠੀਕ ਨੇ, ਐਕਸੀਡੈਂਟ ਹੋਇਆ, ਉਹਨਾਂ ਦੀ ਲੱਤ ਭੱਜੀ ਹੋਈ ਆ। ਠੀਕ ਨੇ ਉਹ? ਮਾਸ਼ਾਅੱਲਾ, ਬੜੇ ਸੋਹਣੇ ਲੱਗ ਰਹੇ। ਹਾਂਜੀ ਹਾਂਜੀ, ਸੋਹਣੇ ਲੱਗ ਰਹੇ। ਹਾਂਜੀ ਚਲੋ ਠੀਕ ਆ ਜੀ, ਚਲੀ। ਅੱਛਾ, ਉਹ ਗੱਲ ਕਰਨੀ ਸੀ ਭਾਜਾ। ਹਾਂਜੀ ਕਰੋ। ਰਕਬਾ ਵੰਡਣਾ? ਨਹੀਂ 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 ਨਹੀਂ, ਹਾਂ ਇਹ ਬੰਦਾ ਵੇਖੋ ਜਿਹੜਾ ਮੇਰੇ ਕੋਲ ਹੈ, ਕਾਕਾ ਅੱਜ ਕੱਲ ਜਵਾਨ ਹੈ ਤੇ ਕੀ ਮਤਲਬ ਜਵਾਨ ਹੈ? ਬੱਚਾ, ਅੱਧਾ ਕਿਲੋ ਬੱਚਾ। ਅੱਛਾ ਗੱਲ ਸੁਣੋ। ਹਾਂਜੀ ਕੰਮ ਦੱਸੋ। ਮਤਲਬ ਤੇ ਫਿਰ ਇਹੋ ਹੀ ਹੈ ਕਿ ਜਦੋਂ ਬੱਚਾ ਜਵਾਨ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਕੀ ਕਰਾਉਣਾ ਚਾਹੀਦਾ। ਗੋਲੀ ਮਰਾਓ। ਯਾਰ ਗੋਲੀ ਨਹੀਂ ਮਰਾਉਣੀ ਯਾਰ, ਇਹ ਕੋਈ ਨਸ਼ਾ ਸਿਗਰਟ ਵਗੈਰਾ ਨਹੀਂ ਪੀਂਦਾ, ਅਸੀਂ ਵਿਆਹ ਕਰਨਾ ਚਾਹੁੰਦੇ ਹਾਂ ਜਨਾਬ। ਇਹਦਾ ਪੈਸੇ ਦੀ ਹੈਲਪ ਚਾਹੀਦੀ? ਨਹੀਂ, ਹਾਂ ਵਿਆਹ ਕਰਾਉਣਾ ਇਹਦਾ, ਕਿਉਂਕਿ ਇਹਦੀ ਜ਼ਿੰਦਗੀ 'ਚ ਜਨਾਬ ਕੋਈ ਫੁੱਲ ਖਿਲਣ, ਬੱਚਿਆਂ ਦੇ ਵਿਹੜੇ ਦੇ ਵਿੱਚ ਖੇਡਣ। ਹੁਣ ਸਾਡੀ ਕੀ, ਸਾਡੇ ਲੈਕ ਦੱਸ ਕੀ ਆ? ਤੁਹਾਡੇ ਲੈਕ ਇਹੋ ਹੀ ਹੈ ਕਿ ਤੁਹਾਡੀਆਂ ਨਜ਼ਰਾਂ 'ਚ ਕੋਈ ਰਿਸ਼ਤਾ ਹੋਏ। ਸਾਡੀਆਂ ਨਜ਼ਰਾਂ ਦੇ ਵਿੱਚ ਇੱਥੇ ਅਸੀਂ ਮੈਰਿਜ ਬਿਊਰੋ ਖੋਲ੍ਹਿਆ। ਗੁੱਸਾ ਨਾ ਕਰੋ ਜੀ, ਪਿਆਰ ਨਾ ਪੇਸ਼ ਆਵੋ, ਪਤਾ ਨੀ ਕਿਹੜੀ ਮਰਜ਼ਾਂ ਦੇ ਮਰੀਜ਼ ਨੇ। ਮੈਂ ਕਹਿੰਨੀ ਆ, ਓਏ ਗੱਲ ਸੁਣ, ਗੱਲ ਸੁਣ, ਸੋਹਣੇ ਮੂੰਹ ਚੋਂ ਪੈੜੀ ਗੱਲ ਚੰਗੀ ਲੱਗਦੀ। ਉਹ ਨੈਲਾ ਤੇ ਦਹਿਲਾ ਆ ਰਹੇ ਨੇ, ਆਹੋ ਆਏ, ਉਹਨਾਂ ਕੋਲ ਰਿਸ਼ਤੇ ਬੈਠੇ। ਗੱਲ ਸੁਣ,
ਰਿਸ਼ਤੇ ਉਹਨਾਂ ਵਰਗੀ ਤੇ ਨਹੀਂ ਕਿਧਰੇ ਸੋਹਣੇ ਯਾਰ ਅਗਲੀ ਗੱਲ ਕੋੜੇ ਸੋਹਣੇ ਨਹੀਂ ਵੇਖੀ ਦੇ ਹੁੰਦੇ ਜਿੱਥੇ ਰਿਸ਼ਤੇਦਾਰ ਹੀ ਲਾਣੀ ਹੋਵੇ ਅੱਛਾ ਹਾਂ ਕਿਉਂਕਿ ਭਰਾ ਮੇਰਾ ਹਸੀਨ ਤੇ ਮੈਂ ਵੀ ਫਿਰ ਹਸੀਨ ਉਹ ਤੇ ਲੱਗਣ ਡਏ ਮੈਂ ਵੀ ਚਲੋ ਅੱਛਾ ਕੱਢੀ ਕੱਢੋ ਚੰਗਾ ਫਿਰ ਕੱਢੋ ਜੀ ਕੱਢੋ ਲੈ ਬਈ ਨਹਿਲਾ ਤੇ ਦਹਿਲਾ ਬਿਲਕੁਲ ਅਕਲ ਤੋਂ ਪੈਦਲ ਠੀਕ ਹੈ ਇਹਨਾਂ ਨੂੰ ਗੱਲ ਕਰ ਇਹਨਾਂ ਦੀ ਪੈਣੀਆਂ ਵੇਖੀ ਇਹਨਾਂ ਨੂੰ ਪਟਾ ਪਟਾ ਇੱਥੇ ਖਲੋ ਕੇ ਤਮਾਸ਼ਾ ਵੇਖਨੇ ਹੁਣੇ ਵੇਖੀ ਸੁਣਾ ਨਹਿਲਿਆ ਕੀ ਸੁਣਾ ਵਾ ਦਹਿਲਿਆ ਯਾਰ ਅੱਜ ਕੋਈ ਰੋਲਾ ਛੋਲਾ ਨੀ ਪਾਇਆ ਕਿਉਂਕਿ ਇਸ ਤੋਂ ਅੱਗੇ ਗੱਲ ਜਿਹੜੀ ਰਹਿਣੀ ਨਹੀਂ ਇੱਥੇ ਗੱਲ ਖਤਮ ਹੋਣੀ ਹੈ ਕਿਉਂਕਿ ਇੱਥੇ ਹੁਣ ਆਪਾਂ ਰਿਸ਼ਤਾ ਕਰਨਾ ਕਨਫਰਮ ਹੈ ਕਹਿੰਦੇ ਰਿਸ਼ਤੇ ਕਰ ਰਹੇ ਹੈ ਕਾਕਾ ਗੱਲ ਸੁਣੋ ਵੀ ਸਾਨੂੰ ਦੱਸਿਆ ਰੱਖੇ ਪਰਦੇਸੀ ਨੇ ਅੱਛਾ ਬਈ ਨੂਨ ਨਾਲ ਨਹਿਲਾ ਤੇ ਦਾਲ ਨਾਲ ਡਹਿਲਾ ਵਾਹ ਜੀ ਵਾਹ ਉਹਨਾਂ ਕੋਲ ਰਿਸ਼ਤੇ ਕਾਫੀ ਬੈਠੇ ਨੇ ਤੇ ਅਸੀਂ ਕਰਾਉਣਾ ਇਹਦਾ ਰਿਸ਼ਤਾ ਤੇ ਅਸੀਂ ਇਸ ਰਿਸ਼ਤੇ ਦੇ ਮਾਮਲੇ ਚ ਆਏ ਹਾਂ ਜਨਾਬ ਤੇ ਇੱਕ ਕੁੜੀ ਇਹਨੂੰ ਤੇ ਇੱਕ ਮੈਨੂੰ ਦੇ ਦਿਓ ਨੂਨ ਨਾਲ ਕੀ ਦੱਸਿਆ ਜੀ ਨੂਨ ਨਾਲ ਨੂਨ ਨਾਲ ਨਹਿਲਾ ਤੇ ਦਾਲ ਨਾਲ ਦਹਿਲਾ ਦਹਿਲਾ ਯਾਨੀ ਕਿ ਤੁਹਾਨੂੰ ਮੇਰਾ ਸੋਹਣਾ ਕਰੇਲਾ ਪਰਨਾ ਹੀ ਹੈ ਐਵੇਂ ਅਸੀਂ ਦੋਵੇਂ ਜੀ ਬਿਲਕੁਲ ਸੁਹਾਗਨ ਹੋਣਾ ਚਾਹੁੰਦੇ ਦੇਖੋ ਜੀ ਤੁਹਾਡੇ ਕੋਲ ਰਿਸ਼ਤੇ ਦੀ ਥੋੜ ਨਹੀਂ ਹੈ ਨਹੀਂ ਨਹੀਂ ਬੜੀ ਦੋਵਾਂ ਨੂੰ ਦੇ ਦਿਓ ਤਾਂ ਬੜੀ ਗੱਲ ਹੈ ਜੀ ਨਹਿਲੇ ਕਦੀ ਕਿਸੇ ਦੀ ਨੀ ਸੁਣੀ ਤੇ ਤੁਹਾਡੀ ਕਿਵੇਂ ਸੁਣੀਏ ਰਿਸ਼ਤੇ ਲੈਂਦੇ ਸੀ ਹੈ ਉਹ ਵੀ ਤੁਹਾਨੂੰ ਰਿਸ਼ਤਾ ਕਿੰਨੇ ਦੇਣਾ ਓਏ ਉਹ ਤੁਹਾਨੂੰ ਸਾਰੀ ਮਰਦ ਕੋਈ ਨਹੀਂ ਉਧਾਰੀ ਦਿੰਦਾ ਨੈਕਸਟ ਟਾਈਮ ਅਗਰ ਤੂੰ ਆਪਣੀ ਉਹੀ ਆਵਾਜ਼ ਕੀਤੀ ਨਾ ਤਾਂ ਮੈਂ ਵੀ ਤੈਨੂੰ ਸ਼ਾਦੀ ਨਹੀਂ ਜਾਨ ਕੇ ਬਲੇਮ ਲੱਗ ਗਿਆ ਡਲ ਠੀਕ ਹੈ ਆ ਜਾ ਚੱਲ ਆ ਜਾ